ਹਾਂਜੀ ਅੱਜ ਸਾਡੇ ਕੋਲ ਤੇਜਿੰਦਰ ਸਿੰਦਰਾ ਜੀ ਆਏ ਹੋਏ ਨੇ ਅਤੇ ਇਹ ਇੱਕ ਨਵਾਂ ਨਾਟਕ ਇਹਦਾ ਇੰਡੀਆ ਗੇਟ ਲੈ ਕੇ ਆਏ ਨੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਕਦੋਂ ਹੋ ਰਿਹਾ ਕਿੱਥੇ ਹੋ ਰਿਹਾ ਔਰ ਕਿਸ ਤਰ੍ਹਾਂ ਦਾ ਨਾਟਕ ਹੈ ਪਿੱਟੂ ਜੀ ਇਹ ਨਾਟਕ 30 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਇਸ ਸੈਚਰਡੇ ਤੋਂ ਲੈ ਕੇ 7 ਮਈ ਤੱਕ ਚੱਲੇਗਾ ਕੁਐਸਟ ਥੀਏਟਰ ਈਲਿੰਗ ਦੇ ਵਿੱਚ ਮੈਟ੍ਰਿਕ ਲੈਨ ਜਿੱਥੇ ਪਿੱਟ ਸਿੰਗਰ ਮਿਊਜ਼ੀਅਮ ਉਹਦੇ ਉੱਤੇ ਆ ਅਤੇ ਟਿਕਟ ਦਾ ਰੇਟ ਵੀ ਬਹੁਤ ਸਸਤਾ 14 ਪਾਉਂਡ ਅਤੇ 12 ਪਾਉਂਡ ਕਨਸੈਸ਼ਨ ਹੈ ਬੱਚਿਆਂ ਵਾਸਤੇ ਹੋਰ ਕਨਸੈਸ਼ਨ ਹੈਗੀ ਹੈ ਅਤੇ ਸਭ ਤੋਂ ਵਧੀਆ ਗੱਲ ਹੈ ਕਿ ਅਸੀਂ ਕਹਿੰਦੇ ਨੇ ਬੱਚੇ ਸਾਡੇ ਕਲਚਰ ਨੂੰ ਨਹੀਂ ਜਾਣਦੇ ਕਲਚਰ ਦਿਖਾਉਣ ਵਾਸਤੇ ਇੰਗਲਿਸ਼ 'ਚ ਪਲੇ ਕਰ ਰਹੇ ਆ ਅੱਧੇ ਗੋਰੇ ਅਤੇ ਅੱਧੇ ਇੰਡੀਅਨ ਗੋਰੇ ਵੀ ਪੰਜਾਬੀ ਬੋਲਣ ਸਿੱਖੇ ਸਿੱਖਣਾ ਸਿਖਾਉਣਾ ਸ਼ੁਰੂ ਕੀਤਾ ਇਸੇ ਤਰ੍ਹਾਂ ਇਹ ਇੰਗਲਿਸ਼ ਸਿੱਖਣੀ ਸ਼ੁਰੂ ਕੀਤੀ ਆ ਪਰ ਇਹ ਨਾਟਕ ਜਿਹੜਾ ਇਹ ਨਾਟਕ ਨਹੀਂ ਇਤਿਹਾਸ ਆ 1919 ਤੋਂ ਲੈ ਕੇ 1947 ਤੱਕ ਜਦੋਂ ਆਜ਼ਾਦੀ ਮਿਲਦੀ ਆ ਕਿੰਗ ਜੋਰਜ ਵੱਲੋਂ ਮੈਸੇਜ ਮਿਲਿਆ ਜਾਂਦਾ ਉਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਤਿਹਾਸ ਨੂੰ ਲਾਗੇ ਆਣ ਕੇ ਦੇਖਿਆ ਜਾ ਸਕੇ ਅਤੇ ਨਾਟਕ ਨਹੀਂ ਇਹ ਸਾਡਾ ਇਤਿਹਾਸ ਹੈ ਜਿਸ 'ਚ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ ਆਪਣਾ ਖੂਨ ਡੋਲ ਕੇ ਉਹ ਇੰਡੀਆ ਗੇਟ ਬਣਿਆ ਸੀ ਕਿਉਂਕਿ ਅਸੀਂ ਇਹਨਾਂ ਦਾ ਕਰਾਉਣ ਫਲੈਗ ਬਚਾਇਆ ਸੀ ਵਰਲਡ ਵਾਰ ਦੇ ਵਿੱਚ 1 ਜਿਹੜੀ ਹੋਈ ਸੀ ਉਹਦੇ ਕਰਕੇ ਇਹਨਾਂ ਨੇ ਇੱਕ ਸਾਨੂੰ ਤੋਹਫਾ ਦਿੱਤਾ ਇੰਡੀਅਨ ਵਾਰ ਮੈਮੋਰੀਅਲ ਜਿਸ ਨੂੰ ਅੱਜ ਕੱਲ੍ਹ ਇੰਡੀਆ ਗੇਟ ਕਿਹਾ ਜਾਂਦਾ ਇਹ ਉਹਦੇ ਬੇਸ ਆ ਪਰ ਕਹਾਣੀ ਸ਼ੁਰੂ ਕਰਦੇ ਹਾਂ ਜਲ੍ਹਿਆਂਵਾਲੇ ਬਾਗ ਤੋਂ ਸੋ ਤੇਜਿੰਦਰ ਸਿੰਦਰਾ ਜੀ ਜਿੱਦਾਂ ਅਸੀਂ ਪਹਿਲੇ ਤੁਹਾਡੇ ਨਾਟਕਾਂ ਦਾ ਬੜਾ ਆਨੰਦ ਮਾਣਿਆ ਔਰ ਬੜੇ ਵਧੀਆ ਬੜੇ ਉੱਚ ਪਾਏ ਦੇ ਹੁੰਦੇ ਆ ਬੜਾ ਕਲਾਤਮਕ ਹੁੰਦੇ ਨੇ ਸੋ ਸਾਨੂੰ ਲੱਗਦਾ ਇਹ ਵੀ ਉਸ ਤੋਂ ਇੱਕ ਦਰਜੇ ਉੱਪਰ ਹੀ ਹੋਊਗਾ ਬਿਲਕੁਲ ਉਸ ਤੋਂ ਜ਼ਿਆਦਾ ਕੋਸ਼ਿਸ਼ ਹੋਏਗੀ ਹਮੇਸ਼ਾ ਕਿ ਇੱਕ ਡਾਇਰੈਕਟਰ ਜਾਂ ਰਾਈਟਰ ਦੀ ਕੋਈ ਹੁੰਦੀ ਖਾਹਿਸ਼ ਹੁੰਦੀ ਆ ਕਿ ਹਰ ਚੰਗੀ ਚੀਜ਼ ਬਣਾਈ ਜਾਵੇ ਤਾਂ ਕਿ ਦਰਸ਼ਕ ਦੇਖਣ ਉਹ ਉਸ ਨੂੰ ਫੀਡਬੈਕ ਕਰਨ ਤਾਂ ਕਿ ਉਹ ਅੱਗੇ ਚੱਲ ਸਕੇ ਫਿਰ ਵੀ ਜੇ ਕੋਈ ਮਾੜੀ ਚੀਜ਼ ਰਹਿ ਜੇ ਅਸੀਂ ਸੁਣਨ ਨੂੰ ਤਿਆਰ ਹੋਵਾਂਗੇ ਤਾਂ ਕਿ ਉਸ ਨੂੰ ਅੱਗੇ ਵਧਾ ਕੇ ਸੋਹਣਾ ਹੋਰ ਪਾਲਿਸ਼ ਕੀਤਾ ਜਾ ਸਕੇ ਸਾਡਾ ਸੁਪਨਾ ਹੈ ਇਸ ਨਾਟਕ ਨੂੰ ਆਪਣੀ ਧਰਤੀ 'ਤੇ ਲੈ ਕੇ ਜਾਏ ਓਕੇ ਸਿੰਦਰਾ ਸਾਹਿਬ ਮਿਲਦੇ ਹਾਂ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ